ਘੁੰਮੀਆਂ ਕਰਾਈ ਜਾਓ ਹੈ ਨਾ ਦੱਸਦੇ ਕੋਈ ਚੱਲੇ ਹੁਣ ਦੇਖ ਕਿੱਦਾਂ ਖੁਸ਼ੀ ਜਿਹੜੀ ਆ ਸਤਿਨਾਮ ਵਾਹਿਗੁਰੂ ਬੋਲੋ ਘੁੰਮੀਆਂ ਕਰਾਈ ਰੋਜ਼ ਜਿਹੜਾ ਜਿੱਡਾ ਤੂੰ ਕੰਮ ਕਰਕੇ ਆਈ ਆ ਕੱਪੜੇ ਖਵਾ ਦੇ ਤੇ ਕੁੜੀ ਦੇ ਤੇ ਤੈਨੂੰ ਚਾਹਾਂ ਸੁੱਝਣ ਦੀਆਂ ਦਿਓ ਮੇਮ ਰਾਣੀ ਨੂੰ ਚਾਹਾਂ ਆਜੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਤੇ ਆਪਾਂ ਵੀ ਘੈਂਟ ਹਾਂ ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਯੂਟਿਊਬ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਦੀਪ ਖੁਸ਼ 87 ਬਦਲ ਗਿਆ ਅਜੇ ਤੱਕ 87 ਦੀ ਘੁੰਮੀ ਜਾਂਦੀ ਇਹ ਤੈਨੂੰ ਪਤਾ ਨਹੀਂ ਯਾਰ ਦੇ 41,000 ਸਬਸਕ੍ਰਾਈਬਰ ਹੋ ਗਏ ਤੇ ਹੁਣ ਵੀ 87 ਅਜੇ ਵੀ 87 ਹੁਣ ਵਲੌਗਸ ਹੋ ਗਏ ਆ ਮਾੜਾ ਪ੍ਰੋਫੈਸ਼ਨਲ ਹੋ ਗਏ ਆ ਵੀ ਪ੍ਰੋਫੈਸ਼ਨਲ ਬੀ ਪ੍ਰੋਫੈਸ਼ਨਲ ਲਿਟਲ ਬਿਟ ਬੀ ਪ੍ਰੋਫੈਸ਼ਨਲ ਤੇ ਕਿੱਧਰ ਗਿਆ ਨੀਤਾ ਨੀਤਾ ਪਤਾ ਨਹੀਂ ਕਿੱਧਰ ਗਿਆ ਦਾਦਾ ਦਾਦੀ ਨਾਲ ਆਪਣਾ ਉਹ ਗੁੰਮੀ ਗੁੰਮੀ ਕਰਨ ਚਲ ਕੇ ਲਾਦਾ ਉਹ ਯਾਰ ਮੈਂ ਜਿੱਥੇ ਜਾਂਦਾ ਤੂੰ ਪਾਣੀ ਮਾਰੀ ਜਾਂਦੀ ਆ ਤੂੰ ਕਮਾਲ ਦੀ ਬੰਦੀ ਆ ਉਹ ਦਾਦੂ ਨਾਲ ਘੇਰਦਾ ਸੀ ਤੂੰ ਦਾਦੂ ਨਾਲ ਲੈ ਹੁਣ ਦਾਦੀ ਕੋ ਆ ਗਿਆ ਗੁੰਮੀਆਂ ਕਰਾਈ ਜਾਓ ਜਿੰਨੀਆਂ ਮਰਜ਼ੀ ਗੁੰਮੀਆਂ ਕਰਾਈ ਜਾਓ ਹਨਾ ਦੱਸਦੇ ਕੋਈ ਚੱਲੇ ਹੁਣ ਦੇਖ ਕਿੱਦਾਂ ਖੁਸ਼ੀ ਜਿਹੜੀ ਆ ਸਤਿਨਾਮ ਵਾਹਿਗੁਰੂ ਬੋਲੋ ਗੁੰਮੀਆਂ ਕਾਈ ਜਾਓ ਜਿੰਨੀਆਂ ਮਰਜ਼ੀ ਗੁੰਮੀਆਂ ਕਾਈ ਜਾਓ ਇਹਨੂੰ ਵਾਹਿਗੁਰੂ ਬੋਲੋ ਸਤਿਨਾਮ ਵਾਹਿਗੁਰੂ ਹੱਥ ਜੋੜ ਕੇ ਵੇਖੀ ਸਤਿਨਾਮ ਵਾਹਿਗੁਰੂ ਬੋਲ ਬੋਲ ਵਾਹਿਗੁਰੂ ਝਾਂਬੜ ਨਹੀਂ ਲਾਉਣਾ ਸਤਿਨਾਮ ਵਾਹਿਗੁਰੂ ਕਰੋ ਬੋਲੋ ਭਲੇ ਸੋਨਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਜਾ ਕੇ ਜਾਵੇ ਕਲ ਕੀ ਧਰਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਹੁਣ ਉਧਰ ਜਾ ਉਧਰ ਚੱਲ ਜਾ ਹੁਣ ਦਾਦੂ ਕੋ ਭੱਜਣਾ ਦੇਖੇ ਉਹਨੂੰ ਛੱਡੇ ਬੈਡ ਤੇ ਲਿਟ ਕੇ ਉਧਰ ਭੱਜ ਜਾਣਾ ਹੁਣ ਨੀਤੇ ਕੀ ਕਰਦਾ ਜੀ ਕਿੱਥੇ ਚੱਲਾ ਗੁੰਮੀ ਕਰਨ ਉੱਥੋਂ ਆਉਂਦਾ ਸਤਿ ਸ਼੍ਰੀ ਅਕਾਲ ਉਧਰ ਨੀਤੇ ਮੈਂ ਚੱਲਾਂ ਗੁੰਮੀ ਕਰਨ ਤੂੰ ਜਾਣਾ ਮੈਂ ਚੱਲਾਂ ਗੁੰਮੀ ਕਰਨ ਗੁੰਮੀ ਕਰਨ ਚੱਲਾਂ ਮੈਂ ਭਲਵਾਨ ਸਾਡਾ ਕਮਜ਼ੋਰ ਹੀ ਆ ਭਲਵਾਨ ਜੀ ਉੱਠੋ 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 ਭਲਵਾਨ ਜੀ ਉੱਠੋ 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 ਓਏ ਦਾਦੂ ਬਾਜਾ ਮਾਰਦੇ ਉਹਦੇ ਦਾਦੂ ਬਾਜਾ ਮਾਰਦੇ ਉਹਦੇ ਨੀਤੇ ਦਾਦੂ ਬਾਜਾ ਮਾਰਦੇ ਦਾਦੂ ਕੋ ਜਾਓ ਕਹਿੰਦਾ ਕਹਿੰਦੀ ਮੈਨੂੰ ਚੱਕੋ ਤੁਸੀਂ ਹੁਣ ਪਤਾ ਲੱਗ ਗਿਆ ਚੱਲੇ ਆ ਜਾ ਦਾਦੂ ਕੋ ਬਹਿ ਜਾ ਯਾਰ ਉਹ ਯਾਰ ਬਹਿ ਜਾ ਦਾਦੂ ਕੋਲ ਬਹਿ ਜਾ ਯਾਰ ਬਹਿ ਜਾ ਯਾਰ ਦਾਦੂ ਕੋਲ ਬਹਿ ਜਾ ਯਾਰ ਬਹਿ ਜਾ ਯਾਰ ਦਾਦੂ ਕੋਲ ਬਹਿ ਜਾ ਯਾਰ ਦਾਦੂ ਕੋਲ ਬਹਿ ਜਾ ਯਾਰ ਭਾਜੀ ਦਾਦੂ ਕੋਲ ਬਹਿ ਜਾ ਯਾਰ ਅਸੀਂ ਨੀ ਲੈ ਕੇ ਜਾਣਾ ਗੁੰਮੀ ਕਰਨ ਦਾਦੀ ਨਹੀਂ ਲੈ ਕੇ ਜਾਣਾ ਇਹਨੂੰ ਗੁੰਮੀ ਕਰਨ ਦਾਦੀ ਇਹਨੂੰ ਨਹੀਂ ਲੈ ਕੇ ਜਾਣਾ ਦਾਦੀ ਨਹੀਂ ਲੈ ਕੇ ਜਾਣਾ ਇਹਨੂੰ ਗੁੰਮੀ ਕਰਨ ਦਾਦੀ ਇਹਨੂੰ ਨਹੀਂ ਲੈ ਕੇ ਜਾਣਾ ਗੁੰਮੀ ਕਰਨ ਲਾ ਦੋ ਇਹਨੂੰ ਛੱਡੋ ਇੱਥੇ ਲਾਓ ਇਹਨੂੰ ਨਹੀਂ ਨਹੀਂ ਲਾਓ ਇਹਨੂੰ ਲਾਓ ਲਾਓ ਇਹਨੂੰ ਫੜੋ ਲਾਓ ਇਹਨੂੰ ਲਾਓ ਲਾਓ ਮੈਂ ਨਹੀਂ ਭਾਜੀ ਹੁਣ ਤੂੰ ਇੱਥੇ ਥੱਲੇ ਬਹੁ ਮੈਂ ਨੀ ਜਾਣ ਦੇਣਾ ਨਾਲ ਖੁਸ਼ ਇਹਨੂੰ ਫੜੀ ਇਹ ਚੱਲੀ ਦਾਦੀ ਨਾਲ ਥੱਲੇ ਉਹ ਫੜ ਦੇ ਤੈਨੂੰ ਕਹਿੰਦੇ ਨਹੀਂ ਜਾਣਾ ਚਲੋ ਭਾਜੀ ਥੱਲੇ ਚਲੋ ਐਡੀ ਤੇਜ਼ ਆ ਨਾ ਕਹਿੰਦੀ ਮੈਨੂੰ ਘੁੰਮੀ ਕਰਾ ਕੇ ਲਿਆਓ ਦਾਦੀ ਨਾਲ ਹੀ ਜਾਣਾ ਕਹਿੰਦੀ ਪਹਿਲਾਂ ਡੈਡੀ ਦੇ ਦੁਆਲੇ ਹੋਈ ਸੀ ਹੁਣ ਉਹਦੇ ਮੰਮੀ ਦੇ ਦੁਆਲੇ ਹੋ ਗਈ ਆ ਕਹਿੰਦੀ ਮੈਂ ਜਾਣਾ ਹੀ ਜਾਣਾ ਹੈਂ ਕਹਿੰਦੀ ਮੈਂ ਜਾਣਾ ਹੀ ਜਾਣਾ ਮੈਂ ਕਿਹਾ ਮੈਂ ਇੱਦਾਂ ਫੜਿਆ ਬਾਹੋਂ ਮੈਂ ਕਿਹਾ ਚਲੋ ਚਲੋ ਥੱਲੇ ਨਹੀਂ ਜਾਣਾ ਭਰਾਵਾ ਰੋਣ ਲੱਗ ਗਈ ਨਾ ਮੰਮੀ ਦੇ ਵਿੱਚ ਹੀ ਵੜ ਗਈ ਔਰ ਇਹ ਉੱਥੇ ਲੱਗੀ ਹੋਈ ਖੇਡਣ ਮੰਮੀ ਨਾਲ ਤੂੰ ਕੀ ਕਰਦੀ ਪਈ ਕੱਪੜੇ ਧੋਣੀ ਪਈ ਮੈਂ ਤਾਂ ਮਸ਼ੀਨ ਲਾਉਣ ਤੇ ਮੈਨੂੰ ਦਿੰਦੇ ਭਰਾਵਾ ਮੈਂ ਚੱਲਾਂ ਫਿਰ ਤੂੰ ਤਾਂ ਬਹੁਤ ਲੇਟ ਕਰਾਉਂਦਾ ਹੋ ਗਿਆ ਮੇਰਾ ਮੀਟਿੰਗ ਹੋਣਾ ਬਸ ਤੂੰ ਤੇ ਬਹੁਤ ਲੇਟ ਕਰਾਏਂਗੀ ਨਹੀਂ ਕਰਾਉਂਦੀ ਚੱਲ ਹੋਸ਼ ਵਾਸ਼ ਹੋਸ਼ ਵਾਸ਼ਿੰਗ ਕਲੋਥਿੰਗ ਹੁਣ ਤੁਸੀਂ ਸੁਣੋ ਅਵਨੀਤ ਦੀਆਂ ਜਿਹੜੀਆਂ ਆਪਣੇ ਆਪ ਨਾਲ ਪਰਸਨਲ ਗੱਲਾਂ ਕਰਦੀ ਹੈ ਪਰਸਨਲ ਗੱਲਾਂ ਹੈ ਅਵਨੀਤ ਦੀਆਂ ਇਹ ਮਾਮਾ
हाँ जी भाजी 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 तुसीं दादी दे सके होए पे हुण उधर ही रहने हो साडे को भी आ जा करो हाँ जी सेठ साहब जानदी ही नहीं किसे को मम्मी ने फड़ी जाओ मैनू नहीं सेठ साहब तुहाडे नाल की होया अज मैं ना बड़ी माड़ी हुई मैं सारा दिन दी काम लगी हुई कि मैं हुण वेली होके जानी हां किते घुमण साढ़े पांच छे बज गए खुश ने बड़े चावा नाल बढ़िया रीझा नाल सारा काम कीता खुश ने फटाफट कपड़े धोते पर खुश नू काम करदे करदे इन्ना क टाइम लग गया कि शाम दे बज गए पांच साढ़े पांच हो गए साढ़े पांच बज के 45 मिनट हो गए फिर खुश कहिंदी कि हुण तैयार होके जावांगे ठंड च ठरदे जावांगे इन्नू चंगा हुण कल दा प्रोग्राम बनाइए कदों कल ਕੱਲ ਕੱਲ ਤੇ ਤੁਹਾਨੂੰ ਹੁਣ ਸਰਪ੍ਰਾਈਜ਼ ਹੀ ਮਿਲਣਾ ਕੱਲ ਤੁਸੀਂ ਘਰ ਹੀ ਨਹੀਂ ਹੋਣਾ ਅਸੀਂ ਆਏ ਨਾ 2-3 ਵਜੇ ਹਾਂ ਸ਼ਾਮ ਨੂੰ ਦੇਖਾਂਗੇ 4 ਵਜੇ ਨੂੰ 4 ਵਜੇ ਨਿਕਲਾਂਗੇ ਹਨਾ ਤੇ ਬਾਕੀ ਜਿਹੜੀ ਹੁਣ ਗੱਲ ਹੈ ਕੱਲ ਸ਼ਾਮ ਦੇ ਪੈ ਗਈ ਆ ਕੱਲ ਸਵੇਰ ਦਾ ਵੀ ਕੋਈ ਦਾ ਪਲਾਨ ਕਰਦੇ ਕੱਲ ਸ਼ੁੱਕਰਵਾਰ ਹੈ ਕੱਲ ਸ਼ੁੱਕਰਵਾਰ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਜਾਣਾ ਸ਼ਹੀਦਾਂ ਸਾਹਿਬ ਤੇ ਕੁਛ ਦਾ ਪਲਾਨ ਗੁੱਸਾ ਬਚ ਜਾ ਖੁਸ਼ ਤੂੰ ਬਚ ਜਾ ਨਹੀਂ ਤਾਂ ਗੁੱਸਾ ਬੜਾ ਬੁਰਾ ਆ ਅਵਨੀਤ ਦਾ ਬਹੁਤ ਜ਼ਿਆਦਾ ਬੁਰਾ ਗੁੱਸਾ ਆ ਦੀਪੇ ਦਾ ਵੀ ਅਵਨੀਤ ਦਾ ਗੁੱਸਾ ਬਹੁਤ ਬੁਰਾ ਆ ਖੁਸ਼ ਬਚ ਜਾ ਤੂੰ ਬਾਹਰ ਨਾ ਨੀਤੇ ਬਚ ਨੀਤੇ ਦਿਖਾ ਦੇ ਗੁੱਸਾ ਦਿਖਾ ਦੇ ਮੰਮਾ ਨੂੰ ਦਿਖਾ ਦੇ ਗੁੱਸਾ ਗੁੱਸਾ ਦਿਖਾ ਦੇ ਮੰਮਾ ਨੂੰ ਦਿਖਾ ਦੇ ਗੁੱਸਾ ਮੰਮਾ ਨੂੰ ਮੰਮਾ ਨੂੰ ਗੁੱਸਾ ਦਿਖਾ ਦੋ ਖਾਦੋ ਮੰਮਾ ਨੂੰ ਗੁੱਸਾ ਖਾ ਦੋ ਕਿੱਦਾਂ ਦਾ ਗੁੱਸਾ ਇਹੀ ਗੁੱਸਾ ਆ ਤੈਨੂੰ ਇਹ ਗੁੱਸੇ ਚ ਤੈਨੂੰ ਪਤਾ ਨੀ ਕਿੰਨਾ ਗੁੱਸਾ ਤੁਸੀਂ ਕਿੱਦਾਂ ਕਰਦੇ ਗੁੱਸਾ ਤੁਸੀਂ ਵੀ ਦੱਸੋ ਏਦਾਂ ਕਰਦੀ ਟਰੱਕ ਵਾਂਗੂ ਬ੍ਰੇਕਾਂ ਜੀਆਂ ਮਾਰੀ ਜਾਂਦੀ ਗੁੱਸਾ ਦਿਖਾਓ ਫੇ ਅੱਜ ਗੁੱਸਾ ਦਿਖਾਓ ਉਹਦੇ ਗੁੱਸਾ ਉਹ ਹੈਲੋ ਮੇਰੀ ਕੁੜੀ ਨੂੰ ਏਦਾਂ ਨੀ ਕਹਿਣਾ ਨਹੀਂ ਤਾਂ ਕੁੱਟਾਂਗੇ ਬਹੁਤ ਘੜੀਸਾਂਗੇ ਜ਼ਿਆਦਾ ਕੁੱਟਾਂਗੇ ਘੱਟ ਘੜੀਸਾਂਗੇ ਜ਼ਿਆਦਾ ਜਦੋਂ ਮੰਮੀ ਚਾਹ ਬਣਾਉਣ ਲੱਗੇ ਕਹਿ ਦੋ ਪੀਣ ਦਾ ਤਾਂ ਤੂੰ ਗਿਆ ਤੇਰੇ ਕਿਹੜੇ ਗੋਡੇ ਬਦਲੇ ਆ ਮੈਂ ਹੁਣ ਬੈਠੀ ਆ ਤੂੰ ਕਿਹੜਾ ਹੁਣੇ ਕੈਪੀਟਲ ਤੋਂ ਆਪਰੇਸ਼ਨ ਕਰਾ ਕੇ ਆਈਆਂ ਗੋਡੇ ਦਾ ਓਏ ਤੇ ਵੀ ਜਾ ਜਾ ਤੂੰ ਕਹਿੰਦਾ ਨਹੀਂ ਪੀਣੀ ਚੱਲ ਪੀ ਲੈਣਾ ਜਾਂ ਮੰਮੀ ਨੂੰ ਕਹਿ ਦੋ ਦੋ ਘੁੱਟ ਬਣਾ ਲੈ ਆਵਾਜ਼ ਬਣਾ ਦੋ ਕਿਹੜੀ ਹੁੰਦੀ ਆ ਮੰਮਾ ਜਾ 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 ਜਲਦੀ ਜਾ ਮੰਮਾ ਜਾ ਜਲਦੀ ਜਾ ਆਇਆ ਮੈਂ ਨਹੀਂ ਜਾਣਾ ਤੇ ਬਾਕੀ ਅੱਜ ਆਪਾਂ ਸਾਰੀ ਦਿਹਾੜੀ ਕੀਤਾ ਕੀ ਕੁਝ ਨਹੀਂ ਕੀਤਾ ਕੀ ਕੁਛ ਨਹੀਂ ਮੈਂ ਨਹੀਂ ਆਣਾ ਦੋ ਦੋ ਘੁੱਟ ਉਹ ਆਪਾਂ ਚਾਹ ਲਈ ਵਾਜਾ ਮਾਰਦੇ ਸੀ ਮੰਮੀ ਨੂੰ ਤੇ ਮਿਸ਼ਨ ਜਿਹੜਾ ਸਕਸੈਸਫੁਲ ਹੋ ਗਿਆ ਤੇ ਪਰ ਇੱਕ ਨਾਲ ਨੁਕਸਾਨ ਵੀ ਹੋ ਗਿਆ ਪਰ ਮਿਸ਼ਨ ਜਿਹੜਾ ਸਕਸੈਸਫੁਲ ਹੋਇਆ ਕਿ ਮੰਮੀ ਨੇ ਸਾਨੂੰ ਚਾਹ ਦੇ ਦਿੱਤੀ ਤੇ ਮਿਸ਼ਨ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਹੁਣ ਮੈਂ ਦੱਸਦਾ ਵੀ ਦਿਖਾਉਣਾ ਕਿ ਨਹੀਂ ਦਿਖਾਉਣਾ ਅੱਜ ਚੱਲ ਇੱਥੇ ਸਾਡੇ ਨਾ ਨਾਲ ਰਹਿੰਦਾ ਡੋਗੀ ਇੱਕ ਤੇ ਉਹ ਡੋਗੀ ਮਤਲਬ ਖੁਸ਼ ਨਾ ਧੁੱਪ ਜ਼ਿਆਦਾ ਉੱਥੇ ਉਹਨਾਂ ਦੇ ਕੋਠੇ 'ਤੇ ਧੁੱਪ ਜ਼ਿਆਦਾ ਹੁੰਦੀ ਅਤੇ ਖੁਸ਼ ਕੱਪੜੇ ਉੱਥੇ ਪਾਈ ਅਵਨੀਤ ਦੇ ਅਤੇ ਉਹ ਡੋਗੀ ਨੇ ਅਵਨੀਤ ਦੀ ਇੱਕ ਬਣੈਣ ਖਾ ਲਈ ਅਤੇ ਇੱਕ ਪਜਾਮੀ ਖਾ ਲਈ ਅਤੇ ਹੁਣ ਖੁਸ਼ ਦੀ ਕਲਾਸ ਜਿਹੜੀ ਆ ਉਹ ਲਾਜ਼ਮੀ ਲੱਗਣੀ ਆ ਅਤੇ ਲੱਗ ਵੀ ਹਟੀ ਆ ਥੋੜ੍ਹੀ ਬਹੁਤੀ ਅਤੇ ਹੁਣ ਹੋਰ ਲੱਗੂਗੀ ਅਤੇ ਇਸ ਲਈ ਜਿਹੜਾ ਨੀਤੇ ਤੇਰੀ ਪਾਮੀ ਖਾ ਲਈ ਜੋਏ ਨੇ ਨੀਤੇ ਤੇਰੀ ਪਾਮੀ ਖਾ ਲਈ ਜੋਏ ਨੇ ਜੋ ਤੇਰੀ ਪਾਮੀ ਖਾ ਗਿਆ ਪਾਮੀ ਖਾ ਗਿਆ ਤੇਰੀ ਜੋਏ ਬਨੈਣ ਵੀ ਖਾ ਲਈ ਤੇਰੀ ਉਹ ਕੱਲੀ ਚਾਹ ਦੇ ਹੱਥ ਸਿੱਧਾ ਕਰੀ ਜਾਣੀ ਆ ਮੈਨੂੰ ਵੀ ਦੇ ਦੇ ਮੇਰੀ ਕੁੜੀ ਦੇ ਕੱਪੜੇ ਖਵਾ ਕੇ ਆ ਗਈ ਆ ਤੇ ਹੁਣ ਤੈਨੂੰ ਭੁਜੀਏ ਖਾਣ ਨੂੰ ਤੈਨੂੰ ਤਾਂ ਉਦਾਂ ਤੂੰ ਕਿਸੇ ਬੰਨੇ ਉਦਾਂ ਜਾ ਕੇ ਬਹਿ 4 ਘੰਟੇ ਰੋਜ਼ ਜਿਹੜਾ ਜਿੱਡਾ ਤੂੰ ਕੰਮ ਕਰਕੇ ਆਈ ਆ ਕੱਪੜੇ ਖਵਾ ਦੇ ਤੇ ਕੁੜੀ ਦੇ ਤੇ ਤੈਨੂੰ ਚਾਹਾਂ ਸੁੱਝਣ ਦੀਆਂ ਦਿਓ ਮੇਮ ਰਾਣੀ ਨੂੰ ਚਾਹਾਂ ਹਾਂ ਜੂਸ ਨਾ ਲਿਆ ਰਵਾਂ ਤੈਨੂੰ ਦਿਨੇਸ਼ ਦਿਓ ਲਿਆ ਦਿਓ ਹਾਂ ਹੋਰ ਤੂੰ ਪਜਾਮੀਆਂ ਖਵਾਵੇਂ ਨਿਆਣਿਆਂ ਦੇ ਹਾਂ ਖਾ ਕੇ ਭੁਜੀਏ ਦੀਆਂ ਲੱਪਾਂ ਭਰ ਭਰ ਖਾਈ ਜਾਂਦੀ ਜਿੱਦਾਂ ਪਰਿਵਾਰ ਫਰੀ ਤੇ ਆਈ ਹੁੰਦੀ ਹਾਂ ਖਬਰਦਾਰ ਨੀ ਤੂੰ ਇਹਦਾ ਮਨੀ ਇੱਧਰ ਰਿਐਕਸ਼ਨ ਚੈੱਕ ਕਰੋ
तू मेरी गल सुन ला मेरी कुड़ी दे कपड़े खवाते तू पंजा हरी समझाया कोठे ते ना पहुंच जाया कर अपने कोठे ते पालिया कर हाँ मनी तेरी मैनू की पामी खवाती उन्हें तेरे कपड़े खवाते उन्हें बिस्कुटा टक चाड़िया होया हाथ सीधा करी जाती भूजिए बिस्कुटा दे चाह तेन तो यार तू तो एडा वा नुकसान करे तेन तो पानी ना सुजे समूथी लिया दवा तेन मैं बर्गर किंग तो जैश दे दे लिखदा लप्पा भर भर पूजिया खान डे जिदा प्रभात फेरी आई होंगी है दगड़ो जी नीते तेन भावा बिस्कुटा की पई है उधर तेरी पामी खा ली बैं खा ली जो इन्हें नुकसान हो गया भाजी भारी भाजी भारी नुकसान हो गया अपा गल समझ रहे हो आ रही समझ कुछ माड़ी मोटी भारी नुकसान हो गया ताड़ी जिहड़ी इहदे नाल दी पामी है ना इहदे नाल दी पामी खा ली है जोए ने बनैन भी खा ली है कौन है जोए खा ली कहिंदी हाथ करदी पई खा ली फिनिश उहनू उहनू तेरी पजामी बिस्कुटां वर्गी लगी सो खुश ने जिहड़े हुण कपड़े तां चलो कुत्ते नूं खवा ही दित्ते जा हुण पैडिगरी भी पाया पुन चंगी तरह खट है आ जा इक जैकेट मेरी दे आ इक अपनी नवीं जीन दे आ है तो चलो जो होना सी हो गया कल इन्हें बोतल तोड़ती अवनीत दी मामा ने मामा ती क्या नुकसान ही कराई जाती है साडा मामा ती क्या नुकसान ही कराई जाती है साडा हुण मैं कपला बोतल दे स्टील दी लै आया हुण अवनीत दी पजामी भी स्टील दी लिया वा नहीं बोतल तो मैं स्टील दी लिया थी हुण अवनीत दी पजामी के तो लिया स्टील दी मामा ती है नुकसान ही कराई जाता साडा दस घर इदा तो पाले ही काठे इदा तो पालिया ही कंबाइना है इदा चल गए साढ़े बिजनेस अं इदा कोठिया जाके कुत्ते पजामिया कमा लगे फिर साढ़े चल गए बिजनेस है इदा तो मैं रोल्स रॉय लै ली पे इदा तो मैं बी एम डबल्यू च बह गया इदा तो मैं इदा तो मैं मर्सिडीज बेंज लै आंदी पे करो दीप जी ते चलो ज्यादा नहीं बोलना कहिंदे तेरा भाणा मीठा ला के जो नुकसान होना सी हो गया सो हुण आपां तुहानू मिलदे आ कल नूं इक नवें ब्लॉग नाल अज दे ब्लॉग दी करदे आ इत्थे एंडिंग मेरा दिल बड़ा उदास हो गया मेरा नुकसान ही हो गया बड़ा ज्यादा मेरे पुत्त दी पामी गाली नुकसान ही हो गया मेरा दिल ही नहीं करता पिया ब्लॉग बनाउण नूं अग्गे सो अज दे ब्लॉग नहीं करदे सो मिलदे आ इक नवें ब्लॉग दे नाल अज दे ब्लॉग दी एंडिंग करदे आ मिलदे आ नवें ब्लॉग दे नाल सो जिउंदे रहो वसदे रहो बाबा भली करे ते खुश वांगू अपने न्याणे दी पजामियां खुश रहो आबाद रहो मैनूं बड़ी गल वधिया लगदी चेता भूल गई चंगी है लोकां नूं की तंगी है साडी लंघी जांदी चंगी है सड़ी चलो की बेटा गर्भ तां नहीं जा